ਪਤਾ ਜੀ ਲੋਕਡਾਊਨ ਕੀਤਾ ਹੈ ਜੀ ਪੂਰਾ ਇੰਡੀਆ ਭਾਰਤ ਪੂਰਾ ਪੂਰਾ ਪੰਜਾਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਬਾਹਰ ਰੋਡ ਤੇ ਹੈਗੇ ਹੋ ਜੀ ਮੈਂ ਸਰਕਾਰ ਮੇਰੀ ਜਿਹੜੇ ਸਫਾਈ ਸੇਵਕਾਂ ਨੂੰ ਸਮੱਸਿਆ ਸਾਰੇ ਪੰਜਾਬ 'ਚ ਹੋ ਰਹੀਆਂ ਉਹ ਸਾਰੀ ਸਮੱਸਿਆ ਉਹਨਾਂ ਦੇ ਕੋਲ ਜਾ ਕੇ ਹੱਲ ਕਰ ਰਹੇ ਹਾਂ ਹਰ ਇੱਕ ਸਮੱਸਿਆ ਦੀ ਸਫਾਈ ਕਰਮਚਾਰੀ ਕਮਿਸ਼ਨ ਨੇ ਆਪਣੀ ਜ਼ਿੰਮੇਵਾਰੀ ਨਾਲ ਡਿਊਟੀ ਨਿਭਾ ਰਿਹਾ ਉਸ ਕਰਕੇ ਮੈਂ ਆਪਣੀ ਡਿਊਟੀ 'ਤੇ ਹਾਜ਼ਰ ਹੈ ਲੋਕਾਂ ਨੇ ਇਤਰਾਜ਼ ਜਤਾਇਆ ਹੈਗਾ ਜੀ ਉਹ ਸਖਤੀ ਜ਼ਰੂਰੀ ਨਹੀਂ ਸੀਗੀ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਸੰਬੰਧ 'ਚ ਜੀ ਦੇਖੋ ਸਖਤੀ ਜ਼ਰੂਰੀ ਹੈ ਜੇ ਸਖਤੀ ਹੋਊਗੀ ਕਰੋਨਾ ਵਾਇਰਸ ਤੋਂ ਤਾਂ ਬਚ ਸਕਦੇ ਹਾਂ ਜੇਕਰ ਕੋਈ ਲੋਕ ਗਲਤੀਆਂ ਕਰਦੇ ਤਾਂ ਸਖਤੀ ਹੁੰਦੀ ਹੈ ਜੇ ਲੋਕ ਆਪਣੇ ਟਿੱਕੇ ਘਰ 'ਚ ਬੈਠਣ ਪੁਲਿਸ ਨੂੰ ਕੀ ਲੋੜ ਹੈ ਸਖਤਾਈ ਕਰਨ ਦੀ ਫਿਰ ਲੋਕ ਨਹੀਂ ਬੈਠ ਰਹੇ ਪ੍ਰਧਾਨ ਜੀ ਤੁਸੀਂ ਪੁਲਿਸ ਨੂੰ ਕੀ ਕਹਿਣਾ ਚਾਹੁੰਦੇ ਵੀ ਸਖਤੀ ਵਰਤਣੀ ਚਾਹੀਦੀ ਹੈ ਜਾਂ ਨਹੀਂ ਸਖਤੀ ਬਿਲਕੁਲ ਵਰਤਣੀ ਚਾਹੀਦੀ ਹੈ ਔਰ ਜਿਹੜੇ ਲੋਕਾਂ ਨੂੰ ਵੀ ਸਭ ਕੁਛ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਕੀ ਬੇਨਤੀ ਕਰਨਾ ਚਾਹੁੰਦੇ ਹੋ ਅਸੀਂ ਸਾਰੇ ਲੋਕਾਂ ਨੂੰ ਇਹੀ ਬੇਨਤੀ ਕਰ ਰਹੇ ਹਾਂ ਅੱਜ ਮਹਾਮਾਰੀ ਪੂਰੇ ਵਰਲਡ ਦੇ ਵਿੱਚ ਫੈਲੀ ਹੋਈ ਹੈ ਇਸ ਮਹਾਮਾਰੀ ਤੋਂ ਆਪ ਵੀ ਬਚਾਓ ਆਪਣੇ ਬੱਚਿਆਂ ਨੂੰ ਬਚਾਓ ਅਤੇ ਨਾਲ ਪੜੋਸੀਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਘਰ ਬੈਠ ਕੇ ਇਸ ਬਿਮਾਰੀ ਤੋਂ ਬਚਣ ਲਈ ਜੋ ਵੀ ਸਰਕਾਰ ਦਾ ਆਦੇਸ਼ ਦੇ ਰਹੀ ਹੈ ਉਹ ਆਦੇਸ਼ਾਂ ਦੀ ਪਾਲਣਾ ਕਰੋ ਦੇਖੋ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਆਪ ਜਾਗਰੂਕ ਹੋਣਾ ਪੈਣਾ ਜੇ ਇਹ ਕਰਫਿਊ ਲਗਾਇਆ ਗਿਆ ਤਾਂ ਕਿਸ ਉਦੇਸ਼ ਲਈ ਲਗਾਇਆ ਗਿਆ ਲੋਕਾਂ ਨੂੰ ਸੋਸ਼ਲ ਕੰਟੈਕਟ ਨਾ ਹੋਣ ਉਹਨਾਂ ਤੋਂ ਆਪਸ ਮੈਂ ਇੱਕ ਦੂਰੀ ਤੋਂ ਥੋੜ੍ਹੀ ਦੇਰ ਦੂਰੀ ਬਣਾ ਕੇ ਰੱਖਣ ਤਾਂ ਜੋ ਇਹ ਬਿਮਾਰੀ ਨਾ ਫੈਲੇ ਜਦੋਂ ਤੱਕ ਇਹ ਲੋਕਾਂ ਨੂੰ ਆਪ ਨੂੰ ਸਮਝ ਨਹੀਂ ਆਉਂਦੀ ਉਦੋਂ ਤੱਕ ਇਹਦਾ ਕੋਈ ਹੱਲ ਨਹੀਂ ਹੈ ਅਤੇ ਕਿਤੇ ਨਾ ਕਿਤੇ ਲੋਕ ਆਪ ਖੁਦ ਬ ਖੁਦ ਇਹ ਡਿਮਾਂਡ ਕਰਦੇ ਕਿ ਉਹਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ ਪਰ ਸਰਕਾਰ ਦੇ ਵੀ ਸਾਡੇ ਹੁਕਮ ਜਿਹੜੇ ਹੈ ਮੰਨਣੇ ਲਾਜ਼ਮੀ ਹੁੰਦੇ ਆ ਉਹਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਪਰ ਜੇਕਰ ਸਖਤੀ ਨਹੀਂ ਕਰਦੇ ਤਾਂ ਕੋਈ ਹੋਰ ਅਜਿਹੇ ਉਪਰਾਲੇ ਹੋਣੇ ਚਾਹੀਦੇ ਹੈ ਜਿਨ੍ਹਾਂ ਰਾਹੀਂ ਉਹਨਾਂ ਨੂੰ ਕੋਈ ਜਿਹੜੀ ਸੁਵਿਧਾ ਮਿਲਣ ਵਾਲੀ ਹੈ ਜੇਕਰ ਕੋਈ ਬੰਦਾ ਕਰਫਿਊ ਦੇ ਵਿੱਚ ਵਾਰ ਵਾਰ ਉਲੰਘਣਾ ਕਰਦਾ ਹੈ ਉਸਦਾ ਕੋਈ ਪਾਸਪੋਰਟ ਹੈ ਉਸਦੇ ਵਿੱਚ ਕੋਈ ਪੈ ਜਾਣੀ ਚਾਹੀਦੀ ਕਿ ਜੇ ਗੁੱਡ ਸਿਟੀਜ਼ਨ ਨਹੀਂ ਹੈ ਜਾਂ ਕੋਈ ਹੋਰ ਜਿਹੜੀ ਆਪਾਂ ਕੋਈ ਸੁਵਿਧਾ ਦਿੰਦੇ ਉਸਨੂੰ ਉਹ ਸੁਵਿਧਾ ਉਸ ਤੋਂ ਵਿਦਡਰਾਓ ਹੋਣੀ ਚਾਹੀਦੀ ਹੈ ਤਾਂ ਜੋ ਉਹ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਨਾ ਕਰ ਸਕੇ ਬੜਾ ਬੜੀ ਬੜੀ SDM ਸਾਹਿਬ ਬੜੀ ਲੋੜ ਹੈ ਅੱਜ ਉਹਨੂੰ ਲੋਕ ਨਹੀਂ ਮੰਨਦੇ ਲੋਕ ਸਿਰਫ ਡੰਡੇ ਤੋਂ ਹੀ ਮੰਨਦੇ ਸੀ ਪੁਲਿਸ